ਪਹਾੜਾਂ ਦੇ ਵਿੱਚ ਬਾਰਿਸ਼ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਇਸੇ ਦੌਰਾਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਰਹੀ ਹੈ ਉੱਥੇ ਹੀ ਪਹਾੜਾਂ ਦੇ ਵਿੱਚ ਇਹ ਬਾਰਿਸ਼ ਆਫਤ ਬਣ ਕੇ ਗਿਰਦੀ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਜਿੱਥੇ ਪਹਾੜਾਂ ਦੇ ਵਿੱਚ ਭਾਰੀ ਬਰਸਾਤ ਹੋ ਰਹੀ ਹੈ ਉੱਥੇ ਹੀ ਨਦੀਆਂ, ਨਾਲੇ ਅਤੇ ਦਰਿਆ ਵੀ ਉਫਾਨ ਦੇ ਉੱਤੇ ਹੈ ਅਤੇ ਤਾਜ਼ਾ ਤਸਵੀਰਾਂ ਲਾਹੌਰ ਸਪੀਤੀ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਅਚਾਨਕ ਹੀ ਪਈ ਭਾਰੀ ਬਰਸਾਤ ਦੇ ਕਾਰਨ ਇੱਕ ਨਾਲਾ ਉਫਾਨ ਦੇ ਉੱਤੇ ਆ ਗਿਆ, ਜਿਸ ਤੋਂ ਬਾਅਦ ਲੋਕ ਇਸ ਨਾਲੇ ਨੂੰ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਪਾਰ ਕਰਦੇ ਨਜ਼ਰ ਆ ਰਹੇ ਨੇ। ਤਾਂ ਦੱਸ ਦਈਏ ਕਿ ਤਾਜ਼ਾ ਤਸਵੀਰਾਂ ਲਾਹੌਰ ਸਪੀਤੀ ਦੇ ਉਦੈਪੁਰ ਦੀਆਂ ਨੇ ਜਿੱਥੇ ਕਿ ਇੱਕ ਅਚਾਨਕ ਹੀ ਨਾਲੇ ਦੇ ਵਿੱਚ ਪਾਣੀ ਦਾ ਤੇਜ਼ ਵਹਾਅ ਆ ਗਿਆ। ਲੋਕ ਇਸ ਨੂੰ ਪਾਰ ਕਰਕੇ ਦੂਸਰੇ ਪਾਸੇ ਜਾਣ ਦੇ ਲਈ ਹੁਣ ਆਪਣੀ ਜਾਨ ਤੱਕ ਦੀ ਬਾਜ਼ੀ ਲਗਾ ਰਹੇ ਨੇ। ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਲੋਕ ਜੋ ਨੇ ਇੱਕ ਦੂਜੇ ਦਾ ਹੱਥ ਫੜ ਕੇ ਇਸ ਨਾਲੇ ਨੂੰ ਪਾਰ ਕਰਦੇ ਨਜ਼ਰ ਆ ਰਹੇ ਨੇ। ਦੱਸ ਦਈਏ ਕਿ ਕੁਝ ਲੋਕ ਅੱਗੇ ਖੜ੍ਹੇ ਨੇ ਅਤੇ ਕੁਝ ਪਿੱਛੇ। ਇਸੇ ਵਿਚਕਾਰ ਦੱਸਿਆ ਜਾ ਰਿਹਾ ਕਿ ਪਾਣੀ ਦਾ ਵਹਾਅ ਕਾਫ਼ੀ ਜ਼ਿਆਦਾ ਵੱਧ ਜਾਂਦਾ ਹੈ ਅਤੇ ਲੋਕ ਜੋ ਨੇ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਇਸ ਨੂੰ ਪਾਰ ਕਰ ਰਹੇ ਨੇ। ਉੱਥੇ ਮੌਕੇ ਦੇ ਉੱਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਪਹੁੰਚੇ ਨੇ, ਹਾਲਾਤਾਂ ਦਾ ਜਾਇਜ਼ਾ ਲਿਆ ਜਾ ਰਿਹਾ ਅਤੇ ਰੈਸਕਿਊ ਟੀਮਾਂ ਨੂੰ ਮੌਕੇ ਦੇ ਉੱਤੇ ਤੈਨਾਤ ਕਰ ਦਿੱਤਾ ਗਿਆ। ਪਰ ਲੋਕ ਜੋ ਨੇ ਲਗਾਤਾਰ ਇਸ ਨਾਲੇ ਨੂੰ ਪਾਰ ਕਰ ਰਹੇ ਨੇ, ਚਾਹੇ ਔਰਤਾਂ ਵੀ ਇਸ ਦੇ ਨਾਲ ਹੀ ਕੁਝ ਦਿਖਾਈ ਦੇ ਰਹੀਆਂ ਨੇ ਜਿਨ੍ਹਾਂ ਦੇ ਵੱਲੋਂ ਇਸ ਨਾਲੇ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਲਾਹੌਰ ਸਪੀਤੀ ਦੇ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਅਚਾਨਕ ਹੀ ਭਾਰੀ ਬਰਸਾਤ ਹੋਈ ਹੈ। ਬਰਸਾਤ ਦੇ ਕਾਰਨ ਨਾਲੇ ਉਫਾਨ ਦੇ ਉੱਤੇ ਆ ਗਏ ਨੇ। ਔਰਤਾਂ ਹੋਣ ਜਾਂ ਮਰਦ ਸਾਰੇ ਹੀ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਇਸ ਨਾਲੇ ਨੂੰ ਪਾਰ ਕਰਦੇ ਨਜ਼ਰ ਆ ਰਹੇ ਨੇ। ਪਹਾੜਾਂ ਦੇ ਵਿੱਚ ਬਾਰਿਸ਼ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਇਸੇ ਦੌਰਾਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਰਹੀ ਹੈ ਉੱਥੇ ਹੀ ਪਹਾੜਾਂ ਦੇ ਵਿੱਚ ਇਹ ਬਾਰਿਸ਼ ਆਫਤ ਬਣ ਕੇ ਗਿਰਦੀ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਜਿੱਥੇ ਪਹਾੜਾਂ ਦੇ ਵਿੱਚ ਭਾਰੀ ਬਰਸਾਤ ਹੋ ਰਹੀ ਹੈ ਉੱਥੇ ਹੀ ਨਦੀਆਂ, ਨਾਲੇ ਅਤੇ ਦਰਿਆ ਵੀ ਉਫਾਨ ਦੇ ਉੱਤੇ ਹੈ ਅਤੇ ਤਾਜ਼ਾ ਤਸਵੀਰਾਂ ਲਾਹੌਰ ਸਪੀਤੀ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਅਚਾਨਕ ਹੀ ਪਈ ਭਾਰੀ ਬਰਸਾਤ ਦੇ ਕਾਰਨ ਇੱਕ ਨਾਲਾ ਉਫਾਨ ਦੇ ਉੱਤੇ ਆ ਗਿਆ, ਜਿਸ ਤੋਂ ਬਾਅਦ ਲੋਕ ਇਸ ਨਾਲੇ ਨੂੰ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਪਾਰ ਕਰਦੇ ਨਜ਼ਰ ਆ ਰਹੇ ਨੇ। ਤਾਂ ਦੱਸ ਦਈਏ ਕਿ ਤਾਜ਼ਾ ਤਸਵੀਰਾਂ ਲਾਹੌਰ ਸਪੀਤੀ ਦੇ ਉਦੈਪੁਰ ਦੀਆਂ ਨੇ ਜਿੱਥੇ ਕਿ ਇੱਕ ਅਚਾਨਕ ਹੀ ਨਾਲੇ ਦੇ ਵਿੱਚ ਪਾਣੀ ਦਾ ਤੇਜ਼ ਵਹਾਅ ਆ ਗਿਆ। ਲੋਕ ਇਸ ਨੂੰ ਪਾਰ ਕਰਕੇ ਦੂਸਰੇ ਪਾਸੇ ਜਾਣ ਦੇ ਲਈ ਹੁਣ ਆਪਣੀ ਜਾਨ ਤੱਕ ਦੀ ਬਾਜ਼ੀ ਲਗਾ ਰਹੇ ਨੇ। ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਲੋਕ ਜੋ ਨੇ ਇੱਕ ਦੂਜੇ ਦਾ ਹੱਥ ਫੜ ਕੇ ਇਸ ਨਾਲੇ ਨੂੰ ਪਾਰ ਕਰਦੇ ਨਜ਼ਰ ਆ ਰਹੇ ਨੇ। ਦੱਸ ਦਈਏ ਕਿ ਕੁਝ ਲੋਕ ਅੱਗੇ ਖੜ੍ਹੇ ਨੇ ਅਤੇ ਕੁਝ ਪਿੱਛੇ। ਇਸੇ ਵਿਚਕਾਰ ਦੱਸਿਆ ਜਾ ਰਿਹਾ ਕਿ ਪਾਣੀ ਦਾ ਵਹਾਅ ਕਾਫ਼ੀ ਜ਼ਿਆਦਾ ਵੱਧ ਜਾਂਦਾ ਹੈ ਅਤੇ ਲੋਕ ਜੋ ਨੇ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਇਸ ਨੂੰ ਪਾਰ ਕਰ ਰਹੇ ਨੇ। ਉੱਥੇ ਮੌਕੇ ਦੇ ਉੱਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਪਹੁੰਚੇ ਨੇ, ਹਾਲਾਤਾਂ ਦਾ ਜਾਇਜ਼ਾ ਲਿਆ ਜਾ ਰਿਹਾ ਅਤੇ ਰੈਸਕਿਊ ਟੀਮਾਂ ਨੂੰ ਮੌਕੇ ਦੇ ਉੱਤੇ ਤੈਨਾਤ ਕਰ ਦਿੱਤਾ ਗਿਆ। ਪਰ ਲੋਕ ਜੋ ਨੇ ਲਗਾਤਾਰ ਇਸ ਨਾਲੇ ਨੂੰ ਪਾਰ ਕਰ ਰਹੇ ਨੇ, ਚਾਹੇ ਔਰਤਾਂ ਵੀ ਇਸ ਦੇ ਨਾਲ ਹੀ ਕੁਝ ਦਿਖਾਈ ਦੇ ਰਹੀਆਂ ਨੇ ਜਿਨ੍ਹਾਂ ਦੇ ਵੱਲੋਂ ਇਸ ਨਾਲੇ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਲਾਹੌਰ ਸਪੀਤੀ ਦੇ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਅਚਾਨਕ ਹੀ ਭਾਰੀ ਬਰਸਾਤ ਹੋਈ ਹੈ। ਬਰਸਾਤ ਦੇ ਕਾਰਨ ਨਾਲੇ ਉਫਾਨ ਦੇ ਉੱਤੇ ਆ ਗਏ ਨੇ। ਔਰਤਾਂ ਹੋਣ ਜਾਂ ਮਰਦ ਸਾਰੇ ਹੀ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਇਸ ਨਾਲੇ ਨੂੰ ਪਾਰ ਕਰਦੇ ਨਜ਼ਰ ਆ ਰਹੇ ਨੇ।